भारत पाकिस्तान अंतर्राष्ट्रीय सीमा फाजिलका के सरहदी गांव विसाखेवाड़ा खूह से पुराना असला मिलने का समाचार प्राप्त हुआ है, जिसके बाद पुलिस ने गांव की सुरक्षा बढ़ाकर इसकी सूचना सेना को दी। बताया जा रहा है कि यह बम काफी पुराने हैं, जो कि खुदवाई के दौरान गांव के एक घर के पीछे से मिले हैं, जिसके बाद घर को खाली करवाया गया है। इस मौके पर गाँव वासी और जाँच अधिकारी रवि कुमार ने कहा, ਤੁਸੀਂ ਐਂ ਕਰੋ ਵੀਰ ਜੀ, ਸਾਡੇ ਨਾ ਇਹਦੇ ਬਾਰੇ ਸਾਡੇ ਅਫਸਰਾਂ ਨੂੰ ਪੁੱਛੋ, ਸਾਨੂੰ ਨਹੀਂ ਇਹਦੇ ਬਾਰੇ ਪਤਾ। ਅਤੇ ਬਾਕੀ ਇੰਨਾ ਹੈਗਾ ਵੀ ਜੋ ਹੈਗਾ ਇਹ ਤਾਂ ਸਿਕਿਉਰਿਟੀ ਪੱਖੋਂ ਬੈਠੇ ਹੋ, ਕੋਈ ਜਾਨੀ ਮਾਲੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਠੀਕ ਹੈ ਨਾ ਜੀ। ਘਰ ਅਸੀਂ ਇੱਧਰੋਂ ਖਾਲੀ ਕਰਾਤਾ ਅਤੇ ਇਹਦੀ ਸਿਕਿਉਰਿਟੀ ਪਿੱਛੇ ਬੈਠੇ, ਇਹਦੇ ਬਾਰੇ ਸਾਡੇ ਅਫਸਰਾਂ ਨੂੰ ਪੁੱਛੋ, ਸਾਨੂੰ ਨਹੀਂ ਪਤਾ ਵੀ ਜੋ ਵੀ ਹੈਗਾ, ਠੀਕ ਜੀ। ਇਹਦੇ ਬਾਰੇ ਤੁਸੀਂ ਨਾ ਕੋਈ ਸਾਨੂੰ ਪੁੱਛੋ, ਬਾਕੀ ਜੋ ਹੈਗਾ ਸਾਡੇ ਅਫਸਰਾਂ ਨੂੰ SSP ਸਾਹਿਬ ਨੂੰ ਪੁੱਛੋ। ਨਹੀਂ ਬੰਬ ਤਾਂ ਚਲੋ ਹੈਗੇ ਨਾ, ਜੋ ਵੀ ਹੈਗਾ ਤੁਹਾਡੇ ਸਾਹਮਣੇ, ਪਰ ਸਾਨੂੰ ਨਹੀਂ ਇਹਦੇ ਬਾਰੇ ਪਤਾ, ਸਾਡੇ ਅਫਸਰਾਂ ਨੂੰ ਪੁੱਛੋ ਤੁਸੀਂ। ਜੋ ਕਿ ਇੱਥੇ ਪਿੰਡ ਵਿੱਚ ਜੋ ਕਿ ਦਰਖਤ ਪੁੱਟੇ ਜਾ ਰਹੇ ਸਨ ਇੱਕ ਘਰ ਦੇ ਪਿੱਛੇ, ਜੋ ਕਿ ਦਰਖਤ ਪੁੱਟੇ ਦੇ ਨੀਚੋਂ ਇੱਕ ਪੇਟੀ ਜਾਂ ਬੋਕਸ ਮਿਲਿਆ, ਜਿਸ ਬੋਕਸ ਨੂੰ ਖੋਲਿਆ ਗਿਆ ਤਾਂ ਉਸ ਵਿੱਚੋਂ ਕੋਈ 4 ਰੋਕੇਟ ਬੰਬ ਮਿਲਿਆ ਜੀ, ਅਤੇ ਜੋ ਕਿ ਦਰਖਤ ਪੁੱਟ ਕੇ ਬਾਹਰ ਲਗਾਏ ਜਾ ਰਹੇ ਸਨ, ਅਤੇ ਵਿੱਚੋਂ ਇੱਕ ਬੋਕਸ ਮਿਲਿਆ ਅਤੇ ਉਹਦੇ ਵਿੱਚ ਬੰਬ ਨਿਕਲੇ, ਅਤੇ ਜਿਸ ਨੂੰ ਵੀ ਦੇਖ ਕੇ ਵੀ ਸਭ ਪਿੰਡ ਨਿਵਾਸੀ ਪੰਚਾਇਤ ਨੂੰ ਵੀ ਖਬਰ ਕੀਤੀ ਗਈ, ਅਤੇ ਜੋ ਕਿ BSF ਜੋ ਕਿ ਲਾਗੇ ਬਾਰਡਰ ਹੈ ਔਰ ਪੁਲਿਸ ਨੂੰ ਵੀ ਇਨਫੋਰਮ ਕੀਤਾ ਗਿਆ ਵੀ ਇੱਥੇ ਇਸ ਤਰ੍ਹਾਂ ਦੇ ਕੁਝ ਬੰਬ ਮਿਲੇ ਹਨ, ਜੋ ਕਿ ਕਈ ਤਰ੍ਹਾਂ ਦੇ ਇੰਸਪੈਕਟਰ ਅਤੇ ਆਰਮੀ ਦੇ ਜੋ ਕਿ ਸੈਨਿਕ ਇੱਥੇ ਆ ਕੇ ਵੇਖ ਗਏ ਹਨ।